ਬੀਐਡ ਕੋਰਸਪੋਂਡੈਂਸ ਦੀ ਐਡਮਿਸ਼ਨ ਬਾਰੇ ਇਨਫੋਰਮੇਸ਼ਨ ਮੰਗੀ ਜਾ ਰਹੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਬੀਐਡ ਕੋਰਸਪੋਂਡੈਂਸ ਕਰਵਾਈ ਜਾਂਦੀ ਹੈ, ਇਸ ਦੀਆਂ ਕੰਡੀਸ਼ਨਸ ਇਹ? ਅੱਛਾ, ਕਿੰਨੇ ਸਮੈਸਟਰ? 4 ਸਮੈਸਟਰ ਦਾ ਕੋਰਸ ਹੈ। ਫੀਸ ਜਿਹੜੀ ਹੈ ਪ੍ਰੋਸਪੈਕਟਸ ਵਿੱਚ ਹੈ, ਹਜੇ ਫੀਸ ਦਾ ਨਵਾਂ ਪ੍ਰੋਸਪੈਕਟਸ ਰਿਲੀਜ਼ ਨਹੀਂ ਹੋਇਆ, ਇਸ ਬਾਰੇ ਇਸ ਲਈ ਜਾਣਕਾਰੀ ਨਹੀਂ ਦੇਵਾਂਗਾ। ਟੋਟਲ ਸੀਟਸ 400 ਨੇ। ਐਡਮਿਸ਼ਨ ਮੈਰਿਟ ਬੇਸ 'ਤੇ ਹੋਏਗੀ, ਕੰਪਲਾਇੰਸ ਵਿਦ ਸਟੇਟ ਗੌਰਮੈਂਟ ਐਂਡ NCT ਨੋਮ। 2014 ਦੇ ਨੋਮਸ ਅਪਲਾਈ ਹੁੰਦੇ ਨੇ ਐਲੀਜੀਬਿਲਟੀ ਕ੍ਰਾਈਟੀਰੀਆ। ਗ੍ਰੈਜੂਏਸ਼ਨ, ਇਹ ਐਲੀਜੀਬਿਲਟੀ ਕੀ ਹੈ, ਗ੍ਰੈਜੂਏਸ਼ਨ ਵਿੱਚੋਂ ਜਾਂ ਪੋਸਟ ਗ੍ਰੈਜੂਏਸ਼ਨ ਵਿੱਚੋਂ 50% ਮਾਰਕਸ ਚਾਹੀਦੇ ਆ, ਰਾਊਂਡ ਮਾਰਕਸ ਨਹੀਂ ਹੋਏ ਹੋਣੇ ਚਾਹੀਦੇ। ਫੋਰ ਐਗਜ਼ਾਮਪਲ 49.9 ਵਾਲਾ ਵੀ ਨੋਟ ਐਲੀਜੀਬਲ ਹੋਏਗਾ। ਕੈਂਡੀਡੇਟ ਮਸਟ ਬੀ ਵਰਕਿੰਗ ਐਜ਼ ਐਲੀਮੈਂਟਰੀ ਸਕੂਲ ਟੀਚਰ। ਇਟ ਮੀਨਸ ਤੁਸੀਂ ETT ਕੀਤੀ ਹੋਣੀ ਚਾਹੀਦੀ ਹੈ ਜਾਂ DLED ਕੀਤੀ ਹੋਣੀ ਚਾਹੀਦੀ ਹੈ, ਔਰ ਤੁਸੀਂ ਕਿਸੇ ਸਕੂਲ ਵਿੱਚ ਜੁਆਇਨ ਕੀਤਾ ਹੋਣਾ ਚਾਹੀਦਾ ਹੈ, ਉਸਦਾ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਔਰ ਉਸਦੇ ਡਾਕੂਮੈਂਟ 'ਚ ਬਕਾਇਦਾ ਤੁਹਾਡੀ ਅਟੈਂਡੈਂਸ ਔਰ ਸਰਟੀਫਿਕੇਟ ਸਬਮਿਟ ਹੁੰਦੇ ਹੈ। ਉਹ ਐਲੀਜੀਬਿਲਟੀ ਦਾ ਮੇਨ ਕ੍ਰਾਈਟੀਰੀਆ ਹੈ, ਜਿਹੜਾ BEd ਰੈਗੂਲਰ ਜਿਹੜੀ ਹੁੰਦੀ ਹੈ ਉਸ ਤੋਂ ਡਿਫਰੈਂਟ ਹੈ। ਉੱਥੇ ਤੁਹਾਨੂੰ ਕੋਈ ਐਕਸਪੀਰੀਅੰਸ, ਟੀਚਿੰਗ ਐਕਸਪੀਰੀਅੰਸ ਨਹੀਂ ਚਾਹੀਦਾ, ਇੱਥੇ ਚਾਹੀਦਾ ਹੈ। ਸਬਮਿਸ਼ਨ ਆਫ ਪਰੂਫ ਆਫ ਟੀਚਿੰਗ ਐਕਸਪੀਰੀਅੰਸ ਐਂਡ ਕਰੰਟ ਐਮਪਲਾਇਮੈਂਟ, ਕਿ ਤੁਸੀਂ ਫਿਲਹਾਲ ਸਕੂਲ ਵਿੱਚ ਪੜ੍ਹਾ ਰਹੇ ਹੋ। ਕੰਪਲੀਸ਼ਨ ਆਫ NCT ਰਿਕਗਨਾਈਜ਼ਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਥਰੂ ਫੇਸ ਟੂ ਫੇਸ ਮੋਡ। ਹੁਣ ਅਗਲਾ ਜਿਹੜੀ ਕੰਡੀਸ਼ਨ ਹੈ, 3 ਮੇਨ ਕੰਡੀਸ਼ਨ ਨੇ। ਤੀਸਰੀ ਹੈ ਕਿ ਤੁਸੀਂ ਜਿਹੜਾ ETT ਜਾਂ DLED ਕੀਤੀ ਹੋਵੇ ਉਹ ਕੋਰਸਪੋਂਡੈਂਸ ਨਾ ਕੀਤੀ ਹੋਵੇ, ਉਹ ਫੇਸ ਟੂ ਫੇਸ ਮਤਲਬ ਰੈਗੂਲਰ ਫਿਜ਼ੀਕਲੀ ਅਟੈਂਡੈਂਸ ਉਸ ਕਾਲਜ ਵਿੱਚ ਡਾਇਟ ਵਿੱਚ ਤੁਹਾਡੀ ਲੱਗਦੀ ਹੋਵੇ। ਵਰਕ ਐਕਸਪੀਰੀਅੰਸ ਬਾਰੇ ਜੋ ਰਿਸਟ੍ਰਿਕਸ਼ਨਸ ਹੈ, ਜਿਹੜੀਆਂ ਕੈਟਾਗਰੀਜ਼ ਐਲੀਜੀਬਲ ਨਹੀਂ ਕੰਸਿਡਰ ਕੀਤੀਆਂ ਜਾਂਦੀਆਂ, ਇਹ ਇੰਪੋਰਟੈਂਟ ਹੈ। ਆਨਰੇਰੀ ਟੀਚਰ, ਪਾਰਟ ਟਾਈਮ ਟੀਚਰ, ਅਨਅਪਰੂਵਡ ਸਰਵਿਸ ਐਜ਼ ਏ ਟੀਚਰ, ਇਹ ਐਲੀਜੀਬਲ ਨਹੀਂ ਹਨ। ਟੀਚਰ ਪੇਡ ਆਊਟ ਆਫ PTA ਫੰਡ, ਜੇ PTA ਫੰਡ 'ਚੋਂ ਤੁਹਾਨੂੰ ਸੈਲਰੀ ਦਿੱਤੀ ਜਾਂਦੀ ਹੈ ਤਾਂ ਤੁਸੀਂ ਐਲੀਜੀਬਲ ਨਹੀਂ ਹੋ। ਕਾਲਜ ਲੈਕਚਰਰ ਦਾ ਐਕਸਪੀਰੀਅੰਸ ਹੈ, ਕਾਲਜ ਲੈਕਚਰਰ, ਅਸਿਸਟੈਂਟ ਪ੍ਰੋਫੈਸਰ ਤੁਸੀਂ ਐਜ਼ ਪੜ੍ਹਾ ਰਹੇ ਹੋ ਤਾਂ ETT ਕੋਰਸਪੋਂਡੈਂਸ ਲਈ, ਸੋਰੀ BEd ਕੋਰਸਪੋਂਡੈਂਸ ਲਈ ਤੁਸੀਂ ਐਲੀਜੀਬਲ ਨਹੀਂ ਹੋ। ਲਾਈਬ੍ਰੇਰੀਅਨਸ ਐਲੀਜੀਬਲ ਨਹੀਂ ਹੈ। ਆਂਗਣਵਾੜੀ ਵਰਕਰਸ NTT ਇਹ ਵੀ ਐਲੀਜੀਬਲ ਨਹੀਂ ਹੈ। ਲਾਈਬ੍ਰੇਰੀ ਐਂਡ ਅਦਰ ਕਲਰਕਸ ਐਲੀਜੀਬਲ ਨਹੀਂ ਹੈ। ਲਾਈਬ੍ਰੇਰੀ ਅਟੈਂਡੈਂਟਸ ਐਲੀਜੀਬਲ ਨਹੀਂ ਹਨ। ਲੈਬੋਰਟਰੀ ਅਟੈਂਡੈਂਟਸ ਐਲੀਜੀਬਲ ਨਹੀਂ ਹਨ। ਸੀਨੀਅਰ ਲੈਬੋਰਟਰੀ ਅਸਿਸਟੈਂਟ ਇਹ ਵੀ ਐਲੀਜੀਬਲ ਨਹੀਂ ਹਨ। ਸੋ ਕਨਫਿਊਜ਼ਨ ਸੀ ਜਿਹੜੀ ਦੂਰ ਕੀਤੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ 'ਤੇ ਸਭ ਕੁਝ ਪਿਆ ਹੈ। ਸੋ ਇਹ ਐਲੀਜੀਬਿਲਟੀ ਨਹੀਂ ਹੈ। ਐਲੀਜੀਬਲ ਕੌਣ ਨੇ, ਜਿਨ੍ਹਾਂ ਨੇ ਫੇਸ ਟੂ ਫੇਸ ਜਾਂ ਫਿਜ਼ੀਕਲੀ ETT DLED ਦਾ ਕੋਰਸ ਕੀਤਾ ਹੋਇਆ ਹੈ, ਘੱਟ ਤੋਂ ਘੱਟ 2 ਸਾਲ ਦਾ ਐਕਸਪੀਰੀਅੰਸ ਹੈ, ਇੰਪਲਾਇਮੈਂਟ ਹੈ, ਸਟਿਲ ਕਰ ਰਹੇ ਨੇ, ਔਰ ਉਹਨਾਂ ਦਾ ਰਜਿਸਟਰ ਵਗੈਰਾ ਸਭ ਕੁਝ ਔਰ ਸਰਟੀਫਿਕੇਟ ਜਿਹੜਾ ਹੈ ਇੰਪਲਾਇਮੈਂਟ ਦਾ ਲੱਗੇਗਾ। ਅੱਛਾ, ਜੋ ਡੇਟ ਦੀ ਗੱਲ ਤੁਸੀਂ ਕਰ ਰਹੇ ਸੀ, ਡੇਟ ਬਾਰੇ ਕੋਈ ਰਿਟਨ ਜਾਣਕਾਰੀ ਹਜੇ ਤੱਕ ਨਹੀਂ ਹੈ। ਯੂਨੀਵਰਸਿਟੀ ਅਥਾਰਟੀ ਨਾਲ ਸਿੱਧੀ ਗੱਲਬਾਤ ਦੇ ਦੌਰਾਨ ਹੀ ਉਹਨਾਂ ਨੇ ਦੱਸਿਆ ਹੈ ਕਿ 15 ਜੂਨ ਤੋਂ ਇਹ ਐਡਮਿਸ਼ਨ ਸਟਾਰਟ ਹੋ ਜਾਏਗੀ। ਸੋ 15 ਜੂਨ ਦੇ ਨੇੜੇ ਤੇੜੇ ਸਾਰੀ ਆ ਜਾਏਗੀ ਜਿਵੇਂ ਅਥਾਰਟੀ ਨੇ ਦੱਸਿਆ ਹੈ, ਔਰ ਪੋਰਟਲ ਓਪਨ ਹੋ ਜਾਏਗਾ ਔਰ ਤੁਹਾਡਾ ਪ੍ਰੋਸੀਜਰ ਸ਼ੁਰੂ ਹੋ ਜਾਏਗਾ। ਮੈਰਿਟ ਤੁਹਾਡੀ ਜਿਹੜੀ ਹੈ ਉਹਦਾ ਕ੍ਰਾਈਟੀਰੀਆ ਵੱਖਰੇ ਤੌਰ 'ਤੇ ਮੇਰੇ ਖਿਆਲ 'ਚ ਗ੍ਰੈਜੂਏਸ਼ਨ ਦੇ ਬੇਸ 'ਤੇ ਜਾਂ ਪੋਸਟ ਗ੍ਰੈਜੂਏਸ਼ਨ ਦੇ ਮਾਰਕਸ ਜਿਹੜੇ ਨੇ ਉਹਨਾਂ ਦੇ ਬੇਸ 'ਤੇ ਇਹ ਤੁਹਾਨੂੰ ਐਡਮਿਸ਼ਨ ਮਿਲੇਗੀ। ਬਾਕੀ ਦੀ ਜਾਣਕਾਰੀ ਜੇ ਕੋਈ ਚਾਹੀਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ
ਪੁੱਛ ਸਕਦੇ ਹੋ, ਮੈਂ ਉਸ ਤਰ੍ਹਾਂ ਜਾਣਕਾਰੀ ਪੁੱਛ ਕੇ ਦੱਸ ਦਾਂਗਾ ਪ੍ਰੋਸਪੈਕਟਸ ਜਾਂ ਜਦੋਂ ਇਸ਼ੂ ਹੁੰਦਾ ਹੈ। ਪਰ ਤੁਸੀਂ ਮੈਨੂੰ ਇਹ ਪੁੱਛਦੇ ਰਹੋ ਤਾਂ ਬੈਟਰ ਹੈ, ਕਿਉਂਕਿ ਮੈਂ ਕੋਰਸਪੋਂਡੈਂਸ ਦਾ ਫੋਕਸ ਜਿਹੜਾ ਹੈ ਇੰਨਾ ਉੱਧਰ ਰੁਝਾਨ ਵੱਧ ਜਾਂਦਾ ਹੈ, ਐਂਟਰੈਂਸ ਟੈਸਟ ਵਿੱਚ ਘੱਟ ਜਾਂਦਾ ਹੈ। ਸੋ ਤੁਹਾਨੂੰ ਜਾਣਕਾਰੀ ਦਿੰਦਾ ਰਹਾਂਗਾ। ਪਿਛਲੇ ਸਾਲ ਕਈ ਵਿਦਿਆਰਥੀਆਂ ਨੇ ਮੇਰੇ ਇਸ ਚੈਨਲ ਦੇ ਜ਼ਰੀਏ ਐਡਮਿਸ਼ਨ ਜਾਂ ਫੈਸਿਲੀਟੇਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਤੇ ਜ਼ਰੂਰਤ ਪਏਗੀ, ਮੇਰੇ ਕੋਲ ਫੋਨ ਨੰਬਰ ਹੋਣਗੇ, ਮੈਂ ਉਹਨਾਂ ਦੇ ਫੋਨ ਨੰਬਰ ਵੀ ਦੇ ਦਾਂਗਾ, ਤੁਹਾਨੂੰ ਅੱਛੀ ਵੈਲਿਡ ਜਾਣਕਾਰੀ ਮਿਲ ਜਾਏਗੀ। ਥੈਂਕ ਯੂ ਡਾਕਟਰ ਤੀਰਥ ਸਿੰਘ, ਲਰਨ ਟੂ ਐਕਚੁਲਾਈਜ਼।